ਅੱਜ ਅਸੀਂ ਤੁਹਾਨੂੰ ਜੋ ਕਹਾਣੀ ਦੱਸਣ ਜਾ ਰਹੇ ਹਾਂ ਇਸ ਵਿੱਚ ਜੋ ਅਸੀਂ ਕਿਹਾ ਹੈ ਸ਼ਾਇਦ ਉਹਨਾਂ ਗੱਲਾਂ ਦਾ ਕਈ ਲੋਕਾਂ ਨੂੰ ਗੁੱਸਾ ਵੀ ਲੱਗੇ ਅਤੇ ਸ਼ਾਇਦ ਕਈਆਂ ਨੂੰ ਸਾਡੇ ਵੱਲੋਂ ਕਹੀ ਗਈ ਇਹ ਗੱਲ ਸਹੀ ਵੀ ਲੱਗੇ। ਸੋ ਦੋਸਤੋ, ਇੱਕ ਮੁੰਡਾ ਸੀ ਅਤੇ ਉਹ ਇੱਕ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ। ਉਹ ਹਰ ਰੋਜ਼ ਕੁੜੀ ਦੇ ਰਾਸਤੇ ਵਿੱਚ ਖੜਦਾ ਅਤੇ ਉਸ ਨੂੰ ਦੇਖਦਾ ਰਹਿੰਦਾ। ਆਖਿਰ ਇੱਕ ਦਿਨ ਕੁੜੀ ਨੂੰ ਉਸਨੇ ਰੋਕਿਆ ਅਤੇ ਉਸਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਹੈ। ਕੁੜੀ ਇੱਕਦਮ ਘਬਰਾ ਜਾਂਦੀ ਹੈ ਅਤੇ ਡਰਦੇ ਡਰਦੇ ਆਖਦੀ ਕਿ ਦੱਸੋ ਜੀ ਕੀ ਪੁੱਛਣਾ ਹੈ। ਮੁੰਡੇ ਨੇ ਉਸਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ, ਉਸਦਾ ਜਿਵੇਂ ਤੁਹਾਨੂੰ ਲੱਗਿਆ ਉਵੇਂ ਜਵਾਬ ਦੇ ਦੇਣਾ। ਅੱਗੋਂ ਕੁੜੀ ਨੇ ਕਿਹਾ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਮੁੰਡੇ ਨੇ ਆਖਿਆ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਕਿੰਨਾ ਕੁ ਪਿਆਰ ਕਰਦੇ ਹੋ। ਲੜਕੀ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਤਾਂ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦੀ ਹਾਂ। ਫਿਰ ਲੜਕੀ ਨੇ ਉਸਨੂੰ ਆਖਿਆ ਕਿ ਤੁਸੀਂ ਕੋਰਟ ਮੈਰਿਜ ਕਰਵਾਉਣਾ ਪਸੰਦ ਕਰੋਗੇ ਜਾਂ ਫਿਰ ਆਪਣੇ ਮਾਤਾ ਪਿਤਾ ਦੀ ਆਗਿਆ ਨਾਲ ਵਿਆਹ ਕਰਵਾਉਣਾ ਪਸੰਦ ਕਰੋਗੇ। ਕੁੜੀ ਨੇ ਬਿਨਾਂ ਸੋਚੇ ਹੀ ਬੋਲਿਆ ਕਿ ਮੈਂ ਤਾਂ ਆਪਣੇ ਮਾਤਾ ਪਿਤਾ ਜੀ ਦੀ ਇੱਜ਼ਤ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਜਿੱਥੇ ਮੇਰੇ ਪਿਤਾ ਜੀ ਮੈਨੂੰ ਤੋਰ ਦੇਣਗੇ ਮੈਂ ਤਾਂ ਉੱਥੇ ਹੀ ਵਿਆਹ ਕਰਵਾ ਲਵਾਂਗੀ। ਅਤੇ ਉਸਨੇ ਕਿਹਾ ਕਿ ਫਿਲਹਾਲ ਮੇਰੇ ਪਿਤਾ ਜੀ ਜੋ ਕੰਮ ਕਰਦੇ ਨੇ ਉਸ ਨਾਲ ਤਾਂ ਸਾਡੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ, ਅਜੇ ਮੇਰੇ ਵਿਆਹ ਦਾ ਖਰਚਾ ਨਹੀਂ ਕਰ ਸਕਦੇ। ਮੈਂ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਭੱਜਣ ਨਾਲੋਂ ਵਿਆਹ ਕਰਵਾਉਣਾ ਚੰਗਾ ਤਾਂ ਮਰ ਜਾਣਾ ਪਸੰਦ ਕਰਾਂਗੀ। ਮੁੰਡੇ ਨੇ ਕਿਹਾ ਕਿ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਵਾਉਣਾ ਹੈ। ਲੜਕੀ ਬੋਲੀ ਕਿ ਅਗਰ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਹੈ ਤਾਂ ਤੁਸੀਂ ਮੇਰੇ ਪਿਤਾ ਜੀ ਨਾਲ ਗੱਲ ਕਰ ਲੈਣਾ, ਬਾਕੀ ਜਿਵੇਂ ਉਹਨਾਂ ਦੀ ਮਰਜ਼ੀ ਹੋਵੇ। ਅੱਗੋਂ ਮੁੰਡੇ ਨੇ ਆਖਿਆ ਕਿ ਤੁਸੀਂ ਬੋਲੋਗੇ ਤਾਂ ਮੈਂ ਤੁਹਾਡੇ ਪਿਤਾ ਜੀ ਨਾਲ ਵੀ ਗੱਲ ਕਰ ਲਵਾਂਗਾ। ਤੇ ਲੜਕੀ ਨੇ ਬੋਲਿਆ ਕਿ ਕੋਈ ਗੱਲ ਨਹੀਂ, ਤੁਸੀਂ ਮੇਰੇ ਪਿਤਾ ਜੀ ਨਾਲ ਗੱਲ ਕਰ ਲਵੋ, ਜੋ ਉਹਨਾਂ ਦਾ ਜਵਾਬ ਹੋਏਗਾ ਮੇਰਾ ਵੀ ਉਹੀ ਜਵਾਬ ਹੋਏਗਾ। ਅਗਲੇ ਹੀ ਦਿਨ ਮੁੰਡੇ ਨੇ ਕੁੜੀ ਦੇ ਘਰ ਜਾ ਕੇ ਉਸਦੇ ਪਿਤਾ ਜੀ ਨੂੰ ਆਖਿਆ ਕਿ ਮਾਫ ਕਰਨਾ ਪਿਤਾ ਜੀ, ਮੈਂ ਕੋਈ ਇੰਨਾ ਵੱਡਾ ਤਾਂ ਨਹੀਂ ਹਾਂ ਕਿ ਮੈਂ ਤੁਹਾਡੇ ਨਾਲ ਆਪਣੇ ਹੀ ਵਿਆਹ ਦੀ ਗੱਲ ਕਰ ਸਕਾਂ, ਪਰ ਜੋ ਸਹੀ ਹੈ ਮੈਂ ਤਾਂ ਉਹੀ ਕੰਮ ਕਰ ਰਿਹਾ ਹਾਂ। ਲੜਕੇ ਨੇ ਬੜੇ ਹੀ ਪਿਆਰ ਨਾਲ ਕਿਹਾ ਕਿ ਮੈਂ ਤੁਹਾਡੀ ਬੇਟੀ ਨੂੰ ਬੜੇ ਸਮੇਂ ਤੋਂ ਪਸੰਦ ਕਰਦਾ ਹਾਂ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਅਤੇ ਆਪਣੀ ਜ਼ਿੰਦਗੀ ਉਸ ਨਾਲ ਖੁਸ਼ੀ ਖੁਸ਼ੀ ਬਤੀਤ ਕਰਨੀ ਚਾਹੁੰਦਾ ਹਾਂ। ਪਰ ਅੱਗੋਂ ਲੜਕੀ ਦੇ ਪਿਤਾ ਨੇ ਹੱਸਦੇ ਹੱਸਦੇ ਕਿਹਾ ਕਿ ਬੇਟਾ, ਮੈਨੂੰ ਤੇਰੀ ਕਹੀ ਗੱਲ ਦਾ ਗੁੱਸਾ ਨਹੀਂ ਹੈ, ਪਰ ਇੱਕ ਸਵਾਲ ਹਜੇ ਵੀ ਮੇਰੇ ਦਿਲ ਵਿੱਚ ਘੁੰਮ ਰਿਹਾ ਹੈ। ਅੱਜ ਕੱਲ੍ਹ ਦੇ ਲੋਕਾਂ ਦਾ ਤਾਂ ਬਿਨਾਂ ਦਾਜ ਦਹੇਜ ਤੋਂ ਵਿਆਹ ਨਹੀਂ ਹੁੰਦਾ, ਫਿਰ ਤੁਸੀਂ ਕਿਵੇਂ ਇਹ ਗੱਲ ਆਖ ਰਹੇ ਹੋ। ਮੈਨੂੰ ਇਹ ਵੀ ਪਤਾ ਹੈ ਕਿ ਮੇਰੀ ਬੇਟੀ ਅਗਰ ਤੁਹਾਡੇ ਨਾਲ ਵਿਆਹ ਕਰਵਾ ਲੈਂਦੀ ਹੈ ਜਾਂ ਫਿਰ ਮੈਂ ਆਪਣੀ ਬੇਟੀ ਦਾ ਤੁਹਾਡੇ ਨਾਲ ਵਿਆਹ ਕਰ ਦੇਵਾਂਗਾ ਤਾਂ ਮੇਰੀ ਬੇਟੀ ਭੁੱਖੀ ਨਹੀਂ ਰਹੇਗੀ, ਕਿਉਂਕਿ ਜਿੰਨੀ ਸ਼ਿੱਦਤ ਅਤੇ ਜਿੰਨੇ ਪਿਆਰ ਨਾਲ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਮੈਨੂੰ ਬੜਾ ਚੰਗਾ ਲੱਗਿਆ। ਤੁਸੀਂ ਮੇਰੀ ਬੇਟੀ ਨਾਲ ਵੈਸੇ ਗੱਲ ਕਰਨ ਦੀ ਬਜਾਏ ਤੁਸੀਂ ਸਿੱਧਾ ਮੇਰੇ ਨਾਲ ਗੱਲ ਕੀਤੀ ਹੈ, ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਹੈ ਤੁਹਾਡੇ ਵਿੱਚ। ਅੱਗੋਂ ਲੜਕੀ ਦੇ ਪਿਤਾ ਨੇ ਇਹ ਵੀ ਕਿਹਾ ਕਿ ਬੇਟਾ, ਮੇਰੇ ਕੋਲ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਖਰਚ ਕਰਨ ਲਈ ਹਜੇ ਸਿਰਫ 1000 ਰੁਪਏ ਹੀ ਹਨ। ਫਿਰ ਲੜਕੇ ਨੇ ਲੜਕੀ ਦੇ ਪਿਤਾ ਨੂੰ ਮੁਸਕਰਾਉਂਦੇ ਕਿਹਾ ਕਿ ਪਿਤਾ ਜੀ, ਵਿਆਹ ਤੇ 1000 ਰੁਪਏ ਵਿੱਚ ਵੀ ਹੋ ਜਾਂਦੇ ਨੇ,
ਬਾਕੀ ਤੇ ਸੋਚ ਤੇ ਡਿਪੈਂਡ ਕਰਦਾ ਹੈ ਕਿ ਵਿਆਹ 1000 ਰੁਪਏ ਵਿੱਚ ਕਿਵੇਂ ਹੋਵੇਗਾ। ਲੜਕੀ ਦੇ ਪਿਤਾ ਨੇ ਲੜਕੇ ਨੂੰ ਪੁੱਛਿਆ ਕਿ ਪੁੱਤਰ, ਅੱਜ ਕੱਲ ਤੇ ਲੱਖਾਂ ਵਿੱਚ ਵਿਆਹ ਹੁੰਦੇ ਨੇ ਤੇ ਮੈਂ 1000 ਰੁਪਏ ਵਿੱਚ ਕਿਵੇਂ ਵਿਆਹ ਕਰ ਦਵਾਂਗਾ। ਲੜਕੇ ਨੇ ਬਿਨਾਂ ਕੁਝ ਸੋਚੇ ਸਮਝੇ ਆਖਿਆ ਕਿ ਪਿਤਾ ਜੀ, ਮੈਂ ਕੱਲ ਤੁਹਾਡੇ ਘਰ ਆਵਾਂਗਾ ਤੇ ਤੁਸੀਂ ਆਪਣੇ ਕੁਝ ਖਾਸ ਰਿਸ਼ਤੇਦਾਰਾਂ ਨੂੰ ਬੁਲਾ ਲੈਣਾ ਅਤੇ ਤੁਸੀਂ ਤਿਆਰ ਰਹਿਣਾ, ਮੈਂ ਤੁਹਾਨੂੰ ਸਵੇਰ ਲੈਣ ਲਈ ਆਵਾਂਗਾ। ਦੂਸਰੇ ਹੀ ਦਿਨ ਜਦੋਂ ਲੜਕਾ ਉਹਨਾਂ ਦੇ ਘਰ ਆਉਂਦਾ ਹੈ ਅਤੇ ਉਹਨਾਂ ਨੂੰ ਗੱਡੀ ਵਿੱਚ ਬਿਠਾਇਆ ਜਾਂਦਾ ਹੈ, ਜਦੋਂ ਥੋੜੀ ਹੀ ਦੂਰੀ ਤੇ ਉਹ ਜਾਂਦੇ ਨੇ ਤਾਂ ਲੜਕਾ ਲੜਕੀ ਦੇ ਪਿਤਾ ਨੂੰ ਆਖਦਾ ਹੈ ਕਿ ਪਿਤਾ ਜੀ, ਸਾਹਮਣੇ ਇੱਕ ਮਿਠਾਈ ਦੀ ਦੁਕਾਨ ਹੈ, ਉੱਥੋਂ ਤੁਸੀਂ 2 ਕਿਲੋ ਮਿਠਾਈ ਲੈ ਆਵੋ। ਲੜਕੀ ਦਾ ਪਿਤਾ ਉਸ ਤਰ੍ਹਾਂ ਹੀ ਕਰਦਾ ਹੈ। ਉਹ ਮਿਠਾਈ ਦੀ ਦੁਕਾਨ ਤੇ ਜਾਂਦਾ ਹੈ ਅਤੇ 2 ਕਿਲੋ ਮਿਠਾਈ ਲੈ ਕੇ ਵਾਪਸ ਆ ਕੇ ਗੱਡੀ ਵਿੱਚ ਬੈਠ ਜਾਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਲੜਕਾ ਕੋਰਟ ਅੱਗੇ ਜਾ ਕੇ ਗੱਡੀ ਰੋਕ ਲੈਂਦਾ ਹੈ। ਕੋਰਟ ਵਿੱਚ ਜਾ ਕੇ ਲੜਕਾ ਲੜਕੀ ਨਾਲ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਵੀ ਕਰਵਾਉਂਦਾ ਹੈ ਅਤੇ ਉਹਨਾਂ ਦੋਹਾਂ ਦਾ ਵਿਆਹ ਵੀ ਹੋ ਜਾਂਦਾ ਹੈ ਤੇ ਫਿਰ ਲੜਕਾ ਆਖਦਾ ਹੈ ਕਿ ਪਿਤਾ ਜੀ, ਹੁਣ ਤੁਸੀਂ ਸਾਰਿਆਂ ਨੂੰ ਮਿਠਾਈ ਵੰਡ ਦਵੋ। ਅਤੇ ਲੜਕੇ ਨੇ ਲੜਕੀ ਦੇ ਪਿਤਾ ਨੂੰ ਗੱਲ ਨਾਲ ਲਾ ਕੇ ਕਿਹਾ ਕਿ ਪਿਤਾ ਜੀ, ਇਸ ਤਰ੍ਹਾਂ ਵੀ 1000 ਰੁਪਏ ਵਿੱਚ ਵਿਆਹ ਹੋ ਜਾਂਦਾ ਹੈ। ਬਾਕੀ ਧੀ ਦੇ ਪਿਤਾ ਨੂੰ ਤਾਂ ਹਮੇਸ਼ਾ ਇਹੀ ਸੋਚ ਰਹਿੰਦੀ ਹੈ ਕਿ ਉਹ ਆਪਣੀ ਧੀ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰ ਸਕੇ, ਉਸ ਦੇ ਦਿਲ ਦੇ ਅਰਮਾਨਾਂ ਨੂੰ ਪੂਰਾ ਕਰ ਸਕੇ। ਬਾਕੀ ਤੁਸੀਂ ਸਮਝਦਾਰ ਹੋ ਕਿ ਇਹ ਸਾਰਾ ਕੁਝ ਮੈਂ ਕਿਉਂ ਕੀਤਾ ਹੈ ਅਤੇ ਕਿਸ ਲਈ ਕੀਤਾ ਹੈ। ਤੁਸੀਂ ਮੈਨੂੰ ਆਪਣੇ ਦਿਲ ਦੀ ਗੱਲ ਆਖੀ ਕਿ ਮੈਂ ਆਪਣੀ ਧੀ ਦਾ ਹਜੇ ਵਿਆਹ ਨਹੀਂ ਕਰ ਸਕਦਾ, ਪਰ ਮੈਨੂੰ ਤਾਂ ਕਿਸੇ ਚੀਜ਼ ਦੀ ਮੰਗ ਹੀ ਨਹੀਂ ਸੀ, ਮੈਂ ਤਾਂ ਸਿਰਫ ਤੁਹਾਡੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਬਾਕੀ ਤੁਸੀਂ ਸਮਝਦਾਰ ਹੋਵੋਗੇ ਕਿ ਸਾਰਾ ਕੁਝ ਸੋਚ ਤੇ ਡਿਪੈਂਡ ਕਰਦਾ ਹੈ ਕਿ ਕਿਵੇਂ ਅਸੀਂ ਆਪਣੀ ਇੱਜ਼ਤ ਲਈ ਜਾਂ ਫਿਰ ਲੋਕਾਂ ਦੀ ਵਾਹ ਵਾਹ ਖੱਟਣ ਲਈ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦਾ ਵਿਆਹ ਕਰਦੇ ਹਾਂ, ਪਰ ਬਾਅਦ ਵਿੱਚ ਪਛਤਾਉਣ ਨਾਲੋਂ ਚੰਗਾ ਹੈ ਕਿ ਅਸੀਂ ਪਹਿਲਾਂ ਹੀ ਹਿਸਾਬ ਸਿਰ ਦਾ ਖਰਚਾ ਕਰ ਲਈਏ। ਇਸ ਵਿੱਚ ਅਸੀਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰਨ ਲਈ ਜੋ ਕਰਜ਼ਾ ਚੁੱਕਦੇ ਹੋ, ਬਾਅਦ ਵਿੱਚ ਉਸਨੂੰ ਮੋੜ ਨਹੀਂ ਸਕਦੇ, ਕਿਉਂਕਿ ਤੁਸੀਂ ਪਹਿਲਾਂ ਹੀ ਇੰਨੇ ਕਰਜ਼ੇ ਹੇਠ ਦਬ ਜਾਂਦੇ ਹੋ। ਬਾਅਦ ਵਿੱਚ ਆਤਮ ਹੱਤਿਆ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਵਿਆਹ ਬਿਲਕੁਲ ਸਿੱਧਾ ਸਾਦਾ ਕਰੀਏ। ਸਾਡੇ ਕਹਿਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਦਾ ਵਿਆਹ ਸਿਰਫ ਕੋਰਟ ਵਿੱਚ ਹੀ ਕਰੋ, ਕਿਉਂਕਿ ਲੱਖਾਂ ਵਿੱਚੋਂ ਹੀ ਤਰ੍ਹਾਂ ਦਾ ਇਨਸਾਨ ਏਦਾਂ ਦਾ ਹੋਵੇਗਾ ਜੋ ਇੰਨੀ ਸਮਝਦਾਰੀ ਵਾਲੀ ਗੱਲ ਕਰੇਗਾ। ਇਸ ਕਹਾਣੀ ਵਿੱਚ ਕਹੀਆਂ ਗੱਲਾਂ ਦਾ ਸ਼ਾਇਦ ਤੁਹਾਨੂੰ ਗੁੱਸਾ ਵੀ ਲੱਗੇ, ਪਰ ਬਾਕੀ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਕਿ ਸਾਡੇ ਵੱਲੋਂ ਕਹੀ ਗਈ ਗੱਲ ਗਲਤ ਹੈ ਜਾਂ ਸਹੀ। ਲੱਖਾਂ ਵਿੱਚ ਹੋਣ ਵਾਲਾ ਵਿਆਹ 1000 ਰੁਪਏ ਵਿੱਚ ਵੀ ਹੋ ਸਕਦਾ ਹੈ, ਕਿਉਂਕਿ ਪਹਿਲੇ ਸਮੇਂ ਵਿੱਚ ਵੀ ਲੋਕ ਏਦਾਂ ਹੀ ਕਰਦੇ ਸੀ। ਕੁਝ ਖਾਸ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਹਨਾਂ ਨੇ ਵਿਆਹ ਕਰਨਾ ਅਤੇ ਸਿੱਧੀ ਸਾਦੀ ਮਿਠਾਈ ਲੈਣੀ ਤੇ ਲੋਕਾਂ ਵਿੱਚ ਵੰਡ ਦੇਣੀ ਅਤੇ ਬੇਟੀ ਨੂੰ ਸਿਰਫ 1 ਲੀੜੇ ਵਿੱਚ ਹੀ ਤੋਰ ਦੇਣਾ। ਫਿਲਹਾਲ ਕਹੀ ਗਈ ਗੱਲ ਚੰਗੀ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। ਸੱਤ ਤਿਲਮਾਂ ਦੇ ਮਾਹਿਰ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ,
ਜਿਸ ਨੂੰ ਚਾਹੇ ਉਸ ਨੂੰ ਆਪਣੇ ਵੱਸ 'ਚ ਕਰੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9996826004